ਖੈਰ ਪਹਿਲਾਂ ਤਾਂ ਸਾਰਿਆਂ ਨੂੰ ਵਧਾਈ ਭਾਈ ਪਿਆਪੜ ਦੇ ਪੇਪਰ ਆ ਗਏ ਤਿਆਰੀਆਂ ਤੁਰੀਆਂ ਮਿਲਦਾ ਸਾਰਿਆਂ ਨੇ ਹੋਣੀ ਹੈ ਵਧੀਆ ਕਿਵੇਂ ਮੁੰਡਿਓ ਤਿਆਰੀਆਂ ਨਾ ਕਿੱਥੇ ਪੇਪਰ ਆਇਆ ਛੀ ਸ਼੍ਰੀ ਫਤੇਗੜ ਸਾਹਿਬ ਤੇਰਾ ਓਏ ਮੇਰਾ ਨਵਾਂ ਸ਼ਹਿਰ ਨਵਾਂ ਸ਼ਹਿਰ ਖੈਰ ਇਹ ਮੁੰਡੇ ਦੋਨੋਂ ਫਾਈਲ ਕਾ ਦੇਆ ਫਾਈਲ ਕਾ ਤਾ ਨਵਾਂ ਸ਼ਹਿਰ ਦੀ ਦੂਰੀ ਹੈਗੀ ਆ 247 ਤੋਂ 50 ਕਿਲੋਮੀਟਰ ਤੇ ਫਤੇਗੜ ਦੀ ਹੈਗੀ ਆ 226 ਤੋਂ 230 ਕਿਲੋਮੀਟਰ ਤੇ ਆਹ ਤੋਂ ਪਠਾਨਕੋਟ ਵਾਲਾ ਵੀ ਹੈ ਨਾ ਆ ਇੱਕ ਪਠਾਨਕੋਟ ਵਾਲਾ ਹੈਗਾ 292 ਤੋਂ 300 ਕਿਲੋਮੀਟਰ ਤੇ ਚੰਡੀਗੜ੍ਹ ਵਾਲਿਆਂ ਦੀ ਵੀ ਕਾਫੀ ਮੈਂ ਸੁਣਿਆ 312 ਤੋਂ 15 ਕਿਲੋਮੀਟਰ ਹੁਣ ਮੁੰਡਿਆਂ ਨੂੰ ਪਰਸੋਂ ਤੱਕ ਬੜਾ ਚਾ ਸੀ ਕਿ ਪੀਪਰ ਆਊਗਾ ਐਤ ਕੀ ਦਾ ਬਦਲਾਰ ਦੀ ਰਾਜਨੀਤੀ ਆ ਤੇ ਐਤ ਕੀ ਸਰਕਾਰ ਵੀ ਭਗਵੰਤ ਮਾਨ ਸਾਹਿਬ ਦੀ ਆ ਤੇ ਭਗਵੰਤ ਮਾਨ ਸਾਹਿਬ ਨੂੰ ਪਤਾ ਹੀ ਬੱਸਾ ਜਾਣਾ ਕਿੰਨਾ ਔਖਾ ਹੁੰਦਾ ਕਿਉਂਕਿ ਉਹ ਸਾਡੇ ਚੋਂ ਨਿਕਲੇ ਆ ਇਵੇਂ ਹੀ ਨਾ ਸੋ ਐਵੇਂ ਹੀ ਸੀ ਸਾਰੇ ਬੱਚੇ ਹੀ ਕਹ ਰਹੇ ਸੀ ਪਰ ਬਦਲੇ ਜਿੰਨਾਂ ਨੂੰ ਮਿਲਿਆ ਕਿ ਉਹੀ ਜੋ ਬਾਬੇ ਬਾਦਲ ਦੀ ਸਰਕਾਰ ਕਰਦੀ ਸੀ ਉਹੀ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਹੋਇਆ ਤੇ ਉਹੀ ਜੋ ਚਰਨਜੀਤ ਸਿੰਘ ਚੰਨੀ ਵੇਲੇ ਵੀ ਹੋਇਆ ਪੇਪਰ ਆਇਆ ਇਹਨਾਂ ਦਾ 2200 3300 ਕਿਲੋਮੀਟਰ ਦੂਰ ਤੇ ਜਵਾਬ ਕਿੰਨਾ ਦੇ ਆਹੇ ਜਵਾਬ ਆ ਜੀ ਬੱਬੀ ਦਾ ਮੁੰਡਾ ਬੱਬੀ ਵਿਚਾਰਾ ਦਿਹਾੜੀ ਕਰਦਾ ਆਹਾ ਆ ਸਬਜੀਆ ਦਾ ਮੁੰਡਾ ਤੇ ਆ ਆਹਾ ਮਿਸਤਰੀ ਦਾ ਮੁੰਡਾ ਮੈਕਸਿਮਮ ਦਿਹਾੜੀਨਾਂ ਦਿਨਾਂ 400 ਰੁਪਏ ਕਮਾਉਂਦੇ ਆ ਜੀ ਬਾਪੂ ਇਹਨਾਂ ਦੇ ਤੇ ਇਹ ਸਾਰੇ ਡਿਪੈਂਡੈਂਟ ਚ ਵਾਕ ਆ ਕਿਉਂਕਿ ਇਹ ਪੜ੍ਹਾਈ ਪਿੱਛੇ ਛੱਡੀ ਬੈਠਿਆ ਸਭ ਕੁਝ ਕਿਉਂਕਿ ਇਹਨਾਂ ਨੂੰ ਸੀ ਕਿ ਹੁਣ ਪੱਕਾ ਸੀ ਲੱਗ ਹੀ ਜਾਣਾ ਇਹਨਾਂ ਜੋ ਕਿਸੇ ਨੂੰ 500 ਮਿਲੇਗਾ ਵੇਪਰ ਦੇਣ ਲਈ ਕਿਸੇ ਨੂੰ ਵੱਧ ਤੋਂ ਅੱਛੇ ਸੋ ਕਿਉਂਕਿ ਇਹ ਦੂਜਾ ਇਹਨਾਂ ਨੇ ਮਾਪੇ ਵਿਚਾਰੀ ਐਫੋਰਡ ਕਰਦੇ ਨੇ ਤੇ ਪੇਪਰ ਆਏ ਨਾ ਦੇ ਐਨੀ ਨਹੀਂ ਦੂਰ 200 300 ਕਿਲੋਮੀਟਰ ਘਰ ਮੇਰੀ ਤਾਂ ਜਿੰਨੀ ਕਿ ਜਾਣਕਾਰੀ ਆ ਇਹਨਾਂ ਕੋਲ ਜਾਣ ਦੇ ਤਿੰਨ ਕਿ ਤਰੀਕੇ ਹੈਗੇ ਆ ਜਾਂ ਤਾਂ ਬਸ ਤੇ ਜਾਵੜਨਾ ਜਾਂ ਕੋਈ ਟ੍ਰੇਨ ਸਿੱਧੀ ਵੇਖ ਲੈਣ ਜਾਂ ਫਿਰ ਇੱਕ ਅੱਧਾ ਦਿਨ ਪਹਿਲਾਂ ਜਾ ਕੇ ਉੱਥੇ ਰੁਕ ਜਾਣਾ ਟਾਈਮ ਸਟਾਰਟਿੰਗ ਟਾਈਮ ਕਿੰਨੇ ਵਜੇ ਦਾ ਐਂਟਰੀ ਟਾਈਮ ਲਗਭਗ 7 ਵਜੇ ਦੇ ਕਰੀਬ 7 ਵਜੇ ਦੀ ਐਂਟਰੀ ਆ ਜੀ ਤੇ ਗੇਟ ক্লোজিং ਟਾਈਮ 8 ਜਾਂ 8:30 ਵਜੇ ਦਾ ਹੋਊਗਾ। ਇੰਨਾ ਕੀ ਹੁੰਦਾ? ਹਾਂ। ਤੇ ਹੁਣ ਮੰਨ ਲਓ ਇਹ ਟ੍ਰੇਨ ਤੇ ਜਾਂਦੇ ਆ। ਦੇਖੋ ਭਈ ਆਪਣੀਆਂ ਇੰਡੀਆ ਦੀਆਂ ਟ੍ਰੇਨਾਂ ਜਿਹੜੀਆਂ ਨਾ ਕਈ ਵਾਰੀ ਤਾਂ ਇੱਕ ਇੱਕ ਦਿਨ ਲੇਟ ਹੁੰਦੀਆਂ ਨਹੀਂ ਤਾਂ ਔਸਤਨ ਘੰਟਾ 2 ਘੰਟੇ ਤਾਂ ਲੇਟ ਹੁੰਦੀਆਂ ਹੀ ਆ ਤਾਂ ਪੱਕਾ। ਸੋ ਟ੍ਰੇਨ ਤੇ ਜਾਣ ਵਾਲੀ ਬੇਵਕੂਫੀ ਤਾਂ ਉਹੀ ਕਰੂਗਾ ਜਿਹਦੀ ਟ੍ਰੇਨ ਉਹਨੂੰ ਉੱਥੇ ਘੱਟੋ ਘੱਟ 3 ਘੰਟੇ ਪਹਿਲਾਂ ਲਾਉਂਦੀ ਆ। 7 ਵਜੇ ਤੋਂ ਪਹਿਲਾਂ 3 ਘੰਟੇ 4 ਵਜੇ ਹੈਨਾ ਤੇ ਜੇ ਬੰਦੇ ਨੇ 4 ਵਜੇ ਨਾਲ ਤਾਂ ਰਾਤ ਨੂੰ ਬੱਸ ਟ੍ਰੇਨ ਚ ਲੈਣੀ ਪੈਣੀ ਹੈ ਤੇ ਟ੍ਰੇਨਾਂ ਦਾ ਤਾਂ ਵੈਸੇ ਵੀ ਦੂਰੀ ਬਹੁਤ ਹੈ ਪਰ ਮੈਂ ਟ੍ਰੇਨ ਵਾਲਾ ਮਾਮਲਾ ਮੈਨੂੰ ਨਹੀਂ ਲੱਗਦਾ ਸਹੀ ਹੈ ਦੂਜਾ ਰਗਿਆ ਬੱਸ ਵਾਲਾ ਬੱਸਾਂ ਵੀ ਦੋ ਤਰ੍ਹਾਂ ਦੀਆਂ ਰੋਡਵੇਜ ਦੀਆਂ ਬੱਸਾਂ ਤਾਂ ਕਿਰਾਇਆ ਵਾ ਵਾ ਲੱਗਦਾ ਜਾਂ ਜਿਪ ਬਾਰਲਾਂ ਦੀ ਬੱਸ ਲੈਣੀ ਆ ਸਾਰੇ ਜੇ ਕੋਈ ਪ੍ਰਾਈਵੇਟ ਬੱਸ ਲੈਣੀ ਆ ਤਾਂ ਕਿਰਾਏ ਪੱਖੋਂ ਮਰ ਜਾਨਾਗਾ ਜਿਵਾਕਾ 2.5 300 ਕਿਲੋਮੀਟਰ ਦਾ ਮੈਨੂੰ ਤਾਂ 4-500 ਰੁਪਏ ਕਿਰਾਇਆ ਬਣ ਜਾਣਾ ਹੈ ਇੰਨੇ ਕਿਧਰੋਂ ਮਿਲਣੇ ਆ ਪੇਪਰ ਦੇਣ ਜਾਣ ਨੂੰ ਤੇ ਪੇਪਰ ਵੀ ਦਿਨ ਚ ਦੂਰ ਰੱਖਿਆ ਤੇ ਇੱਕ ਚੀਜ਼ ਸਹੀ ਕੀਤੀ ਇਹਨਾਂ ਨੇ ਕਿ ਜਿਹਦਾ ਪੇਪਰ ਫਤੇਗੜ ਆਇਆ ਨਾ ਉਹਦੇ ਤਿੰਨੇ ਤਿੰਨੇ ਪੇਪਰ ਫਤੇਗੜ ਆਇਆ ਜਿਹਦੇ ਨਵੇਂ ਸ਼ਹਿਰ ਆ ਉਹਦੇ ਤਿੰਨ ਨਵੇਂ ਸ਼ਹਿਰ ਆਇਆ ਹੁਣ 200 ਕਿਲੋਮੀਟਰ ਦੂਰ ਆ 2.5 ਕਿਲੋਮੀਟਰ ਦੂਰ ਆ ਬੰਦਾ ਉੱਥੇ ਜਾ ਕੇ ਰਹੂਗਾ ਹੀ ਮਜਬੂਰੀ ਆ ਰਹਿਣਾ ਪਹਿਲਾਂ ਆਪਾਂ ਬੱਸ ਵਾਲੀ ਗੱਲ ਕਰ ਲਈਏ ਬੱਸ ਤੇ ਜਾਂ ਤਾਂ ਇਹ ਬੱਸ ਪੱਕੀ ਕਰ ਲੈਣ ਵੀ 10-15 ਜਣੇ ਇਕੱਠੇ ਹੋ ਕੇ ਬੱਸ ਕਰ ਲੈਣ ਤਾਂ ਮੈਨੂੰ ਨਾਲ 5-7000 ਰੁਪਈਆ ਪੰਜ 15 ਜਣੇ ਇਕੱਠੇ ਕਰ ਸਕਦੇ ਆ ਮਨਸਾਤਿ ਆਰਪੀ ਤਾਂ ਘੱਟਦਾ ਬਸ ਨਹੀਂ ਜਾਂਦੀ ਚਲ ਜੇ ਕਿਸੇ ਇੰਸਟੀਚੂਟ ਵਾਲੇ ਨੇ ਵੀ ਕਰਵਾਤੀ ਇਹਨਾਂ ਦੀ ਬਸ ਤਾਂ ਵੀ 5-700 ਰੁਪਏ ਤਾਂ ਦੇਣੇ ਪਊਗਾ ਤੁਹਾਨੂੰ ਇੱਕ ਪਾਸੇ ਦਾ ਤੇ ਇਹ ਤਾਂ ਹੈ ਨਹੀਂ ਵੀ ਅੱਜ ਆਏ ਸ਼ਾਮ ਨੂੰ ਵਾਪਸ ਆ ਕੇ ਅਗਲੇ ਦਿਨ ਫਿਰ ਜਾਵੜੇ ਆਖਰ ਤਾਂ ਉੱਥੇ ਕਿਸੇ ਨਾ ਕਿਸੇ ਰਹਿਣਾ ਹੀ ਪੈਣਾ ਗੁਰੂ ਘਰ ਚ ਕਿੰਨੇ ਕੁ ਬੱਚੇ ਰੱਖ ਲਵਾਂਗੇ ਯਾਰ ਕਿੰਨੇ ਕੁ ਬੱਚੇ ਲੈਣੇ ਨੇ ਹਜ਼ਾਰਾਂ ਬੱਚੇ ਨੇ ਪੇਪਰ ਦੇਣੇ ਆ ਸੋ ਵੈਸੇ ਵੀ ਜਦੋਂ ਦੀਆਂ ਬੇਅਦਬੀਆਂ ਘਟਣਾਵਾਂ ਹੋਣ ਲੱਗੀਆਂ ਜਾਣ ਤੋਂ ਵੀ ਡਰ ਲੱਗਦਾ ਤੇ ਉੱਥੇ ਵੀ ਧਿਆਨ ਦੇਣਾ ਉਹਨਾਂ ਲਈ ਵੀ ਮਜਬੂਰੀ ਆ ਕੀ ਕੀਪ ਤਾਂ ਬੱਚਿਆਂ ਦੇ ਫੇਸ ਦੇ ਵਿੱਚ ਵੀ ਕੋਈ ਅਭਜਾ ਹੋ ਸਕਦਾ ਘਟਨਾਵਾਂ ਕਰਨ ਵਾਲਾ ਬੰਦਾ ਸੋ ਦੋਵਾਂ ਪਾਸੇ ਛੱਕੀ ਦੀ ਕੰਡੀਸ਼ਨ ਬਣੀ ਹੋਈ ਆ ਤੀਸਰੀ ਗੱਲ ਰਹੀ ਜੀ ਜੇ ਆਪਣਾ ਕਈ ਵੀ ਕਿਸੇ ਕਮਰਾ ਕੋਮਰਾ ਲੈ ਲਓ ਕੋਤੇ ਜਿੱਦਾਂ ਹੁਣ ਜਿੱਦਾਂ ਦਾ ਸਰਦਾ ਮੇਰੇ ਵਰਗੇ ਵੇਲੜ ਉਹਦਾ ਕਹਿਣੇ ਹੋਰ ਕਮਰਾ ਲੈ ਲੈ ਗੱਡੀ ਗੱਲ ਪੇਪਰ ਹੀ ਆ ਦੇਣਾ ਤਾਂ ਪੈਣੀ ਆ ਭਾਈ ਕਮਰਾ ਲੈਣਾ ਨਾ ਘੱਟੋ ਘੜ 500 ਰੁਪਏ ਤੋਂ ਘੱਟ ਤਾਂ ਕੋਈ ਰਿੰਦਾ ਨਹੀਂ ਤੇ ਵੈਸੇ ਵੀ ਜਦੋਂ ਤੇ ਪਤਾ ਲੱਗਦਾ ਨਾ ਹੋਟਲ ਵਾਲਿਆਂ ਨੂੰ ਵੀ ਹਾਂ ਹਾਂ ਹੁਣ ਤਾਂ ਫਸੀਆਂ ਮੁਰਗੀਆਂ 11500 ਰੁਪਏ ਤਾਂ ਘਟਨੀ ਚਲੋ ਮੰਨ ਲਿਆ ਆਪਾਂ ਔਸਤਨ ਕਮਾਈ ਔਸਤਨ 700 800 ਆਪਾਂ ਨਹੀਂ ਮੰਨਦੇ ਆਪਾਂ ਘੱਟ ਤੋਂ ਘੱਟ 500 ਮੰਨਦੇ ਆ ਮਲਾ ਜਵਾਗ ਆ ਯਾਰ ਇਹਨੂੰ 500 600 ਰੁਪਏ ਮਿਲਣਾ ਉਹ ਵੀ ਪਤਾ ਨਹੀਂ ਇਹਨੇ ਗਾਂ ਕਿਸੇ ਤੋਂ ਫੜ ਇਹਦੇ ਡੈਡੀ ਦਿਹਾੜੀ ਕਰਦਾ ਇਹਨੇ ਗਾਂ ਕਿਸੇ ਠੇਕੇਦਾਰ ਤੋਂ ਫੜ ਕੇ ਵੱਧ ਤੋਂ ਵੱਧ 1000 ਰੁਪਏ ਦੇ ਦੋ ਇਹਨੂੰ ਜਿੱਦਾਂ ਤਿੰਨੇ ਪੇਪਰ ਭਰੇ ਹੋਣ ਬੇਰੋਜ਼ਗਾਰੀ ਐ ਨਹੀਂ ਗਾ ਬੱਚਿਆਂ ਤਾਂ ਸੋਚਦਾ ਜਿਹੜਾ ਮਰਜ਼ੀ ਮਿਲ ਜੇ ਮੈਨੂੰ ਤੇ ਜਿੰਨੀ ਆਬਾਦੀ ਹੈ ਸਾਡੇ ਦੇਸ਼ ਦੀ ਉਹ ਵਾਲ ਤਾਂ ਹੋ ਨਹੀਂ ਸਕਦਾ ਵੀ ਮੇਰਾ ਤਾਂ ਏਮ ਹੀ ਆ ਜੀ ਤੇ ਮੈਂ ਉਹਦੇ ਚ ਹੀ ਲੱਗ ਜਾਊਗਾ ਇਹ ਚੀਜ਼ਾਂ ਨਹੀਂ ਹੋ ਸਕਦੀ ਅਗਰ ਸਾਡੀ ਆਬਾਦੀ ਬੜੀ ਆ ਇਹਦੇ ਸਰਕਾਰ ਦਾ ਵੈਸੇ ਕੋਈ ਗੋਸ਼ ਨਹੀਂ ਇਹਦੇ ਵਿੱਚ ਸਾਡੀ ਮੈਨਪਾਵਰ ਦਾ ਸਮਝੋ ਯਾਰ ਤੁਸੀਂ ਵੀ ਕਟੇ ਕਰਵਾ ਆਬਾਦੀ ਖੈਰ ਆਪਾਂ ਆਪਣੇ ਮੁੱਦੇ ਤੇ ਆਉਨੇ ਆ ਜੇ ਮੰਨ ਲਓ ਵੀ ਬੰਦੇ ਨੇ ਉੱਥੇ ਰਹਿਣਾ 500 ਦੇ ਹਿਸਾਬ ਨਾਲ ਵੀ ਰਵੇ ਤਾਂ ਇੱਕ ਦਿਨ ਪਹਿਲਾਂ ਤਾਂ ਜਾਣਾ ਪਊਗਾ ਮਜਬੂਰੀ ਚ ਹੈ ਤੇ 4 ਦਿਨ ਤੱਕ ਡੋਰ ਖਰਾਬ ਹੁੰਦੇ ਜਿਹਨੇ ਤਿੰਨ ਪੇਪਰ ਭਰੇ ਆ ਤੇ ਬਈ 2000 ਰੁਪਇਆ ਲੱਗਦਾ ਉੱਥੇ ਰਹਿਣ ਦਾ ਉਹ ਵੀ ਘੱਟੋ ਘੱਟ ਤੇ ਵੱਧ ਤੋਂ ਵੱਧ ਜਿੰਨਾ ਮਰਜ਼ੀ ਗੋੜ ਪਾਈ ਜਾਓ ਮਿੱਠਾ ਹੋਈ ਜਾਣਾ ਜੇ ਹੋਟਲ 'ਚ ਗੁਰੂਗਰਾਹ ਆਇਆ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੋ ਬਹੁਤ ਮਹਿੰਗੇ ਪੈ ਰਹੇ ਆ ਜੀ ਭਗਵੰਤ ਜੀ ਸਾਹਿਬ ਇਹ ਪੇਪਰ ਕਰੋ ਜੀ ਕੁਝ ਵੈਸੇ ਤਾਂ ਇਹਦੇ ਦੇ ਬਾਰੇ ਵਿੱਚ ਇੱਕ ਤਰਕ ਦਿੱਤਾ ਜਾਂਦਾ ਕਿ ਇਹ ਇਹ ਸਾਰੀ ਪਾਲਿਸੀ ਤਾਂ ਦਲੀਆਂ ਨੂੰ ਰੋਕਣ ਵਾਸਤੇ ਕੀਤੀ ਗਈ ਆ ਕਿਉਂਕਿ ਪਿਛਲੀ ਵਾਰੀ ਪੇਪਰ ਵੀ ਕੈਂਸਲ ਹੋਇਆ ਜਿਹੜਾ TCS Tata Consultancy ਨੇ ਲੈਜੀ ਪੇਪਰ ਤਾਂ ਉਹਨੇ ਕੈਂਸਲ ਕਰਨੇ ਪਏ ਜੀ ਪੇਪਰ ਕਿਉਂਕਿ ਉਹਦੇ ਵਿੱਚ ਤਾਂਦਲੀਆਂ ਹੋ ਗਈਆਂ ਸੀ ਪਰ ਪਾਲਿਸੀ ਮਿਕਰੋ ਇਸ ਗੱਲ ਦਾ ਧਿਆਨ ਦਿਓ ਕਿ ਇਹ ਤਾਂ ਤੁਸੀਂ ਉਹਨਾਂ ਤਾਂਦਲੀ ਕਰਨ ਵਾਲੇ ਬੰਦੇ ਤਾਂ ਅਮੀਰ ਹੀ ਹੋਣਗੇ ਗਰੀਬ ਤਾਂ ਤਾਂਦਲੀ ਹੋਣੀ ਨਹੀਂ ਅਜਿਹਾ 500 ਰੁਪਏ ਲੈ ਕੇ ਪੇਪਰ ਦੇਣ ਜਾਣਾ ਇਹ ਕਿਹਨੂੰ ਪਟਾ ਲੂਗਾ 500 ਦੇ ਵਿੱਚ ਹੈ ਤੇ ਪਰ ਇੱਥੇ ਫਾਇਦਾ ਉਹਨਾਂ ਦਾ ਸ਼ਰੇਆਮ ਤੇ ਸਿੱਧਾ ਫਾਇਦਾ ਹੋ ਰਿਹਾ ਜਿਨ੍ਹਾਂ ਨੇ ਆਪਦੀਆਂ ਗੱਡੀਆਂ ਲੈ ਕੇ ਜਾਣਾ ਤੇ ਆਪਦੀਆਂ ਗੱਡੀਆਂ ਨਾ ਗਰੀਬ ਨਹੀਂ ਅਮੀਰ ਲੈ ਕੇ ਜਾਣਗੇ ਤਾਂਦਲੀਆਂ ਵੀ ਉਹਨਾਂ ਨੇ ਕਰਨੀਆਂ ਉਹਨਾਂ ਤੋਂ ਬਚਾਉਣ ਲਈ ਉਹਨਾਂ ਨੂੰ ਹੀ ਸੌਖਾ ਕਰ ਰਹੇ ਆ ਤੁਸੀਂ ਕਿਵੇਂ ਜਿਹਨੇ ਆਪਦੀ ਗੱਡੀ ਤੇ ਲੈ ਕੇ ਜਾਣਾ ਨਾ ਜੀ ਆਰਾਮ ਨਾਲ ਉੱਠੂਗਾ ਡਰਾਈਵਰ ਨੂੰ ਭਾਊਗਾ ਗੱਡੀ ਦੇ ਵਿੱਚ ਬੈਠੂ ਆਪਦਾ ਮੁੰਡਾ ਭਾਵੇਂ ਗੱਡੀ 'ਚ ਵੀ ਪੜਦਾ ਜਾਵੇ ਪਰ ਇਹ ਵੀ ਆ ਕਿ ਪੇਪਰ ਤੋਂ ਪਹਿਲਾਂ ਇੱਕ ਦਿਨ ਨਾ ਪੜਾਈ ਬਹੁਤ ਕੰਮ ਕਰ ਦਿੰਦੀ ਆ ਜਿਹੜੀ ਉਹ ਇੱਕ ਦਿਨ ਪਹਿਲਾਂ ਦੀ ਪੜਾਈ ਹੋਵੇ ਜਿਹੜੇ ਟੌਪਰ ਕਲੂਬ ਕਰਦੇ ਰੇ ਆ ਮੇਰੇ ਅੰਗ ਉਹ ਉਹ ਚਾਰਾਂ ਨੂੰ ਪਤਾ ਵੀ ਪਹਿਲਾ ਪੇਪਰ ਤੋਂ ਇੱਕ ਦਿਨ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਹੂੰ ਉਹਨਾਂ ਲਈ ਤਾਂ ਸੌਖਾ ਕਰਤਾ ਉਹਨਾਂ ਲਈ ਤਾਂ ਫਿਰ ਲਾਈਨ ਤਾਂ ਅਲੱਗ-ਅਲੱਗ ਹੋ ਗਈ ਨਾ ਹੁਣ ਜਿਹੜਾ ਇੱਕ ਮਜ਼ਦੂਰ ਦਾ ਜਵਾਬ ਆ ਉਹਨੂੰ ਤਾਂ ਫਿਕਰ ਹੀ ਪਈ ਹੈ ਹੁਣ ਉਹਨੂੰ ਤਾਂ ਅੱਜ ਤੋਂ ਫਿਕਰ ਪੈ ਗਈ ਮੈਂ ਅੱਜ ਪਹੁੰਚਣਾ ਕਿਵੇਂ ਆ ਤੇ ਇੱਕ ਉਹ ਆ ਜਿਹੜਾ ਕਿਸੇ ਆਲਰੇਡੀ 5-10 ਕਿੱਲੇ ਵਾਲੇ ਬੰਦੇ ਦਾ ਮੁੰਡਾ ਹੈਗਾ ਜਾਂ 50 ਕਿੱਲੇ ਵਾਲੇ ਦਾ ਮੁੰਡਾ ਜਾਂ ਕਿਸੇ ਅਫਸਰ ਦਾ ਮੁੰਡਾ ਹੈਨਾ ਉਹਨੂੰ ਤਾਂ ਉਹਦਾ ਤਾਂ ਉਹਦਾ ਤਾਂ ਤਿਆਰੀ ਸ਼ੁਰੂ ਹੋ ਗਈ ਅੱਜ ਤੋਂ ਵਧੀਆ ਤਰੀਕੇ ਨਾਲ ਇਹ ਤਾਂ ਤੁਸੀਂ ਪਾੜਾ ਵਧਾਤਾ ਨਾ ਇਹਨਾਂ ਦੇ ਵਿੱਚ ਤਾਂ ਦੋਵਾਂ ਦੇ ਕਿਉਂ ਬਈ ਮੰਨਿਆ ਯਾਰ ਤੁਸੀਂ ਕਰਪਸ਼ਨ ਰੋਕਣ ਲਈ ਇਹ ਪਾਲਿਸੀ ਬਣਾਈ ਹੈ ਤਾਂ ਕਰਪਸ਼ਨ ਰੋਕਣ ਲਈ ਤਾਂ ਹੋਰ ਵੀ ਬੜੇ ਤਰੀਕੇ ਆ 50 ਕਿਲੋਮੀਟਰ ਦੇ ਏਰੀਆ 'ਚ ਦੇ ਦੋ ਨਾ ਯਾਰ ਕਮ ਸੇ ਕਮ ਬੰਦਾ ਰਾਤ ਨੂੰ ਚੱਲੂਗਾ ਸਾਈਕਲ ਤੇ ਹੀ ਪਹੁੰਚੂਗਾ ਔਖਾ ਹੋਊ ਮੈਨੂੰ ਪਤਾ ਬਹੁਤ ਔਖਾ ਹੋਊ ਪਰ ਪਹੁੰਚਦਾ ਜਾਊ ਤੇ ਇੱਥੇ ਤਾਂ ਤੁਸੀਂ ਉਹਨਾਂ ਲਈ ਕਰਤਾ ਨਾ ਜਿਹਨੇ ਗੱਡੀ ਤੇ ਜਾਣਾ ਹੈਗਾ ਉਹਦੇ ਤਾਂ ਬਹੁਤ ਵਧੀਆ ਕਰਤਾ ਅਗਲਾ ਫ੍ਰੀ ਮਾਈਂਡ ਜਾਊਗਾ ਇਹ ਵਿਚਾਰੇ ਤਿੰਨ ਦਿਨ ਪਹਿਲਾਂ ਹੀ ਇਹਨਾਂ ਨੂੰ ਤਾਂ ਤੁਸੀਂ ਇਹਨਾਂ ਦਾ ਪੇਪਰ ਪਹਿਲਾਂ ਹੀ ਕਰਾਤਾ ਤੁਸੀਂ ਜ਼ਿੰਦਗੀ ਦਾ ਸੰਘਰਸ਼ ਉਹ ਘੱਮਸੇ ਘੱਬਾ ਵੀਟ ਕਰਨ ਨੂੰ ਯਾਦ ਕਰ ਲੈਣ ਮੈਂ ਮੰਨੇ ਯਾਰ ਪਾਲਿਸੀ ਮੇਕਰ ਸਾਰੇ ਅਮੀਰ ਆਜਕਲ ਉਹਨਾਂ ਨੂੰ ਗਰੀਬਾਂ ਦਾ ਪਤਾ ਨਹੀਂ ਲੱਗਦਾ ਉਹਨਾਂ ਨੂੰ ਨਹੀਂ ਪਤਾਗਾ ਵੀ ਮੰਗੂ ਦਾ ਮੁੰਡਾ ਵੀ ਹੈਗਾ ਵਿਚਾਰਾ ਉਹਨਾਂ ਨੂੰ ਕੀ ਲੈਣਾ ਉਹਦੇ ਤੋਂ ਭਈ ਉਹਨਾਂ ਨੂੰ ਤਾਂ ਦਿਮਾਗ ਚ ਨਹੀਂ ਆਉਂਦੀ ਆ ਜੀ ਚੀਜ਼ ਯਾਰ ਬਾਬਾ ਵੀਟ ਕਰਦਾ ਬੈਠਾ ਉਹਨੇ ਤਾਂ ਗਰੀਬੀ ਦੇਖੀ ਆ ਨਾ ਉਹਨੂੰ ਦੇਖ ਲਿਆ ਕਰੋ ਯਾਰ ਘੱਮਸੇ ਘਮ ਕੋਈ ਚੱਜ ਦੀ ਪਾਲਿਸੀ ਬਣਾ ਲਿਆ ਲੱਖਾਂ ਰੁਪਏ ਮਿਲਦੇ ਆ ਪਾਲਿਸੀ ਮੇਕਰਾਂ ਨੂੰ ਤੇ ਇਹਨਾਂ ਨੂੰ ਇਹਨਾਂ ਦੀ ਕੀ ਗਲਤੀ ਹੈ ਤੁਸੀਂ ਕਿਉਂ ਨਹੀਂ ਬਣਾ ਸਕਦੇ ਯਾਰ ਇੱਕ ਲੁਧਿਆਣੇ ਵਾਲੇ ਦਾ ਬੰਦੇ ਦਾ ਜਗਰਾਉ ਲੁਧਿਆਣੇ ਵਾਲੇ ਬੰਦੇ ਦਾ ਨੇੜੇ-ਤੇੜੇ ਬਣਾ ਦਿਓ ਕਿਤੇ ਹੈ ਹੁਣ ਤੁਸੀਂ ਇੱਕ ਫਾਈਲ ਕਾਲੇ ਨੂੰ ਨਵੇਂ ਸ਼ਹਿਰ ਸੱਟਦਾ ਉਹ ਨਵੇਂ ਸ਼ਹਿਰ ਜਾਣ ਲਈ ਨੂੰ ਦੇਖੋ ਉਹਨੂੰ ਪਹਿਲਾਂ ਤਾਂ ਇੱਥੋਂ ਜਾਣਾ ਪੈਣਾ ਫਿਰੋਜ਼ਪੁਰ ਮੋਗਾ ਲੁਧਿਆਣਾ ਇਸ ਤੱਕ ਤਾਂ ਚੱਲ ਸਿੱਧੀ ਮਿਲ ਜੂ ਤੇ ਲੁਧਿਆਣੇ ਤੋਂ ਗਾਂ ਵੈਸੇ ਵੀ ਰਾਤ ਵਿਚਾਰਾ 2 ਵਜੇ ਦਾ ਚੱਲਿਆ ਹੋਊਗਾ ਜੇ ਰਾਤ ਨੂੰ 2 ਵਜੇ ਕਟਵਰ ਚੱਲੇ ਪਤਾ ਨਹੀਂ ਬੱਸ ਹੈਗੀ ਵੀ ਹੈ ਕਿ ਨਹੀਂ ਇੱਕ ਬੱਸ ਹੋਊਗੀ ਹੈਂ ਉਹ ਉਸੇ ਬੱਸ ਦੇ ਉੱਤੇ ਲੁਧਿਆਣੇ ਵਾਲੇ ਨੇ ਜਾਣਾ ਉਹ ਜੇ ਵਿਚਾਰੇ ਸਿੱਧਾ ਜਾਂਦਾ ਨਹੀਂ ਸਿੱਧੀ ਕਰਦਾ ਬੱਸ ਨੇ ਪੈਸੇ ਵੀ ਨਹੀਂ ਹੁੰਦੇ ਗਰੀਬਾਂ ਕੋਲ ਹੈ ਉਸੇ ਤੋਂ ਲੁਧਿਆਣੇ ਵਾਲੇ ਨੇ ਜਾਣਾ ਉੱਥੇ ਨੇ ਚੱਡੀਗੜ੍ਹ ਵਾਲੇ ਨੇ ਜਾਣਾ ਉਸੇ ਦੇ ਉੱਤੇ ਜਾਣਾ ਜਿਹੜਾ ਨਵੇਂ ਸ਼ਹਿਰ ਹੈ ਜਿਹਦਾ ਫਲੋਰ ਅੱਜ ਤੱਕ ਕਿਤੇ ਵੀ ਹੈਗਾ ਹੈ ਉਹ ਤਾਂ ਬੱਸ ਤਾਂ ਫਿਰ ਸਟੂਡੈਂਟਾਂ ਨਾਲ ਹੀ ਭਰ ਜੂਗੀ ਜਾਂ ਤਾਂ ਲਾ ਦਿਓ ਨਾ ਚਾਰ ਪੰਜ ਬੱਸਾਂ ਲਾ ਦਿਓ ਤੜਕੇ 2 ਵਜੇ ਬੱਸ ਚਲਾਉਣੀ ਹੈ ਸਰਕਾਰ ਨੇ ਚਲਾਉਣੀ ਆ ਬੱਚਿਆਂ ਨੂੰ ਉਹਨਾਂ ਦੇ ਮੌਕੇ ਤੇ ਪਹੁੰਚਾਉਣਾ ਤੇ ਉੱਤੋਂ ਹਜੇ ਆਪਣੇ ਹੋਮ ਉੱਥੇ ਡਿਊਟੀ ਲੱਗੀ ਹੁੰਦੀ ਹੈ ਜਿਹਨਾਂ ਦੀ ਪਿਛਲੇ ਦਿਨਾਂ 'ਚ ਬਹੁਤ ਵੀਡੀਓ ਵਾਇਰਲ ਹੋ 5 10 ਮਿੰਟ ਪਹਿਲਾਂ ਹੀ ਗੇਟ ক্লোਜ਼ ਕਰ ਦਿੰਦੇ ਸੀ ਅੱਜ ਕੀ ਗੇਟ ক্লোজিং ਟਾਈਮ ਹੈਗਾ 8:30 ਵਜੇ ਦਾ ਮੈਨੂੰ ਲੱਗਦਾ 8:30 ਵਜੇ ਦਾ ਹੈ ਨਾ ਹਾਂ 8:30 ਵਜੇ ਦਾ ਗੇਟ ক্লোজিং ਟਾਈਮ ਆ ਜੀ ਪਹੁੰਚ ਜੂ ਫਾਇਲ ਗੜਾ ਬੰਦਾ ਨਾ ਵਾਹ ਸ਼ਹਿਰ ਤੇ ਕਈ ਤਾਂ ਮੇਰੀਆਂ ਭੈਣਾਂ ਹੈਵ ਜੀਆਂ ਹੁੰਦੀਆਂ ਜੀ ਜਿਹੜੀਆਂ ਪੇਪਰਾਂ ਦੇ ਦੇਣਾ ਜੀ ਬਾਹਰ ਨਿਕਲੀਆਂ ਹੁੰਦੀਆਂ ਰਿਸ਼ਤੇਦਾਰ ਰੇਕਦੇ ਨਹੀਂ ਹੁੰਦੇ ਜੀ ਹਰ ਥਾਂ ਤੇ ਤੇ ਗੁਰੂ ਘਰ ਵੀ ਅੱਜ ਕੱਲ ਔਖੇ ਆ ਹੋਟਲ ਹੀ ਰਹਿ ਗਏ ਜੀ ਪੈਸੇ ਵੀ ਸਾਡੇ ਪਤਾ ਨਹੀਂ ਅੱਧੇ ਨਾਲੋਂ ਜ਼ਿਆਦਾ ਪੰਜਾਬ ਦੇ ਵਿੱਚ ਤਾਂ ਹੋਟਲ 'ਚ ਰਹਿਣ ਨੂੰ ਹੀ ਬੜੀ ਵੱਡੀ ਗੱਲ ਮੰਨੀ ਜਾਂਦੀ ਹੈ ਸੋ ਪ ਸੋਚੋ ਯਾਰ ਗੁਸ਼ ਇਹ ਜਵਾਕਾਂ ਦੇ ਸੁਪਨੇ ਆ ਇਹਨਾਂ ਨੂੰ ਮਿੱਧੋ ਨਾ ਜਿਨ੍ਹਾਂ ਨੂੰ ਖੜੇ ਨਹੀਂ ਕਰ ਸਕਦੇ ਤਾਂ ਉਹ ਨੇੜੇ ਪੇਪਰ ਦੇਣ ਚ ਕੋਈ ਕਿਸੇ ਨੂੰ ਕੀ ਪ੍ਰੋਬਲਮ ਆ ਯਾਰ ਨੇੜੇ ਕਰ ਦੋ ਇਹਨਾਂ ਦੇ ਪੇਪਰ ਹਲੇ ਵੀ ਹਫਤਾ ਪਿਆ ਜੇ ਬਣਾਉਣਾ ਚਾਹੁੰਦਾ ਤੁਸੀਂ ਬਣਾ ਸਕਦੇ ਆ ਐਡੀ ਕੋਈ ਐਡੀ ਗੱਲ ਹੈ ਨਹੀਂ ਕਿ ਪਾਲਿਸੀ ਨਹੀਂ ਬਣਾਈ ਜਾ ਸਕਦੀ ਉਹ ਜਿਹੜਾ ਵਿਚਾਰੇ ਦਾ ਤੁਸੀਂ ਕਿਤੇ ਪਠਾਨਕੋਟ ਵਾਲੇ ਦਾ ਲੁਧਿਆਣੇ ਪਾਇਆ ਪੇਪਰ ਤਾਂ ਲੁਧਿਆਣੇ ਵਾਲੇ ਦਾਗਾ ਕਿਤੇ ਇੱਥੇ ਫਾਜ਼ਲ ਗਾਲੇ ਪਾਸੇ ਪਤਾ ਨਹੀਂ ਪਰ ਖੈਰ ਨਹੀਂ ਜਟਾ ਫਾਇਲ ਗਾਲੇ ਦੀ ਇਨੀ ਕਿਸਮਤ ਚੰਗੀ ਹੈ ਨਹੀਂ ਲੁਧਿਆਣੇ ਵਾਲੇ ਦਾ ਵੀ ਕਿਤੇ ਨਾ ਕਿਤੇ ਸਿੱਟਿਆ ਹੀ ਹੋਊਗਾ ਯਾਰ ਉਹ ਦੇਖ ਲਓ ਕੋਈ ਐਬ ਜਾਂ ਬੰਦਾ ਜਿਹੜਾ ਏਰੀਆ ਦੇ ਹਿਸਾਬ ਨਾਲ ਡਾਟਾ ਤਾਂ ਜੀ ਸਾਰਿਆਂ ਕੋਲ ਹੁੰਦਾ ਐਕਸਲ ਸ਼ੀਟ ਤੇ ਹਰੇਕ ਦੀ ਬਣਾਈ ਜਾਂਦੀ ਐ ਸਰਕਾਰ ਕੋਲ ਸਭ ਦਾ ਡਾਟਾ ਹੈ ਤੋ ਕਿਰਪਾ ਕਰਕੇ ਜੇ ਮੈਂਤਲੀ ਗੱਲ ਆ ਜੀ ਪੋਲਿਸੀ ਮੇਕਰੋ ਜੇ ਕਰ ਸਕਦੇ ਹੋ ਤਾਂ ਇੱਕ ਅੱਦੇ ਦਿਨ ਦੀ نیند ਛੱਡ ਕੇ ਨਾ ਇਹਨੂੰ ਦੁਬਾਰਾ ਬਣਾ ਲਓ ਹਫਤਾ ਸਾਡੇ ਕੋਲ ਹਫਤੇ ਚ ਬਹੁਤ ਕੁਝ ਹੋ ਜਾਂਦਾ ਮੈਂਤਲੀ ਗੱਲ ਆ ਘੜਦੋ ਜਿਵੇਂ ਕਾਨੇ ਪੇਪਰ ਨੇੜੇ ਹੁਣ ਇੱਕ ਗੱਲ ਹੋਰ ਮੈਂ ਦੱਸਦਾ ਤੁਹਾਨੂੰ ਕਈ ਦਿਨ ਕਈ ਵਾਰੀ ਕਹਿੰਦੇ ਆ ਵੀ ਆਪਦੀ ਬੱਸ ਕਰਕੇ ਲੈ ਚਲ ਮਨਾਂ ਆਪਦੀ ਬੱਸ ਕਰਕੇ ਹੁਣ ਉਹਦੇ ਨਾਲ ਪਤਾ ਕਿੰਨੀ ਜ਼ਿੰਮੇਵਾਰੀ ਵੱਜੂਗੀ ਉਹਦੀ ਸਭ ਤੋਂ ਪਹਿਲਾਂ ਉਹ ਬੰਦਾ 2 ਵਜੇ ਘਟੋਟ ਚੱਲੂ ਤੇ ਜਿਹੜਾ ਡਰਾਈਵਰ ਹੋਊਗਾ ਨਾ ਉਹ ਵੀ ਇਨਸਾਨ ਆ ਰੋਬੋਟ ਨਹੀਂ ਚਲਾਉਂਦੇ ਬੱਸਾਂ ਅਜੇ ਸਾਡੇ ਇੱਕ ਸਫ਼ਰ ਦੀ ਮੈਂ ਸਿੰਪਲ ਇੱਕ ਸਫ਼ਰ ਦੀ ਕਹਾਣੀ ਸੁਣਾਉਣਾ ਤੁਹਾਨੂੰ ਸਫ਼ਰ ਸ਼ੁਰੂ ਕੀਤਾ ਫਾਇਲ ਲਗਾ ਤਾ ਨਵੇਂ ਸ਼ਹਿਰ ਦਾ ਮੁੰਡਿਆਂ ਨੇ ਬਈ ਬੱਸ ਕਰ ਲਈ ਮੁੰਡਿਆਂ ਨੇ ਬੱਸ ਵਾਲ ਨੂੰ ਕਹਿਤਾ ਵੀ ਮੈਨੂੰ ਨਵੇਂ ਸ਼ਹਿਰ ਲੈ ਜਾ ਤੇ ਮੁੰਡਿਆਂ ਦੀ ਮੰਨ ਵੀ ਲਈ ਉਹਨੇ ਉਹ ਆ ਗਿਆ ਤੜਕੇ 2 ਵਜੇ ਤੜਕੇ 2 ਵਜੇ ਨੀਰਾ ਹੁੰਦਾ ਬੱਸ ਦੀ ਲੇਟ ਆਜ ਮਨ ਲਿਆ ਸਾਡੇ ਪੰਜਾਬ ਚ ਦੋ ਸਭ ਤੋਂ ਵੱਡੀਆਂ ਸਮੱਸਿਆਵਾਂ ਕੁੱਤੇ ਤੇ ਗਾਵਾਂ ਇਹ ਤੁਹਾਨੂੰ ਹਰ ਛੜਕ ਦੇ ਉੱਤੇ ਆਮ ਮਿਲ ਜਾਣਗੇ ਤੇ ਗਊ ਮਾਤਾ ਉਹਨੂੰ ਕੁਝ ਕਹਿ ਨਹੀਂ ਸਕਦੇ ਕੁੱਤੇ ਆਂ ਦਾ ਵੈਸੇ ਰਾਜ ਆ ਤੇ ਉਹ ਵਾਲੇ ਬਸਦੇ ਅੱਗੇ ਆਬਸਟੈਕਲ ਆ ਗਏ ਇਹਦੇ ਇਲਾਵਾ ਖੱਡੇ ਛੜਕਾਂ ਚ ਵੈਸੇ ਸਾਰੀਆਂ ਚ ਨਹੀਂ ਹੁੰਦੇ ਪਰ ਹੁੰਦੇ ਆ ਹੁੰਦੇ ਤਾਂ ਹੈ ਸੋ ਇੱਕ ਤਰ੍ਹਾਂ ਨਾਲ ਐਕਸੀਡੈਂਟਾਂ ਨੂੰ ਮੌਕਾ ਦੇਣਾ ਵੀ ਹੁਣ ਹੋ ਜੋ ਜਿੰਨਾ ਹੋਣਾ ਤੜਕੇ ਤੜਕੇ ਤੇ ਬੱਸ ਵਾਲਾ ਡਰਾਈਵਰ ਵਿਚਾਰਾ ਉਹ ਵੀ ਬੰਦਾ ਹੀ ਆ ਜੀ ਰੋਬਰਟ ਨਹੀਂਗਾ ਨੀਂਦ ਤੋਂ ਉਹ ਵੀ ਆ ਸਕਦੀ ਹੈ ਸੋ ਇੰਨੀ ਦੂਰ ਪੇਪਰ ਰੱਖ ਕੇ ਤੁਸੀਂ ਇੱਕ ਤਰ੍ਹਾਂ ਨਾਲ ਬੱਚਿਆਂ ਦੇ ਨਾਲ ਜ਼ਿੰਦਗੀਆਂ ਨੂੰ ਪਾ ਰਹੇ ਹੋ ਖਤਰੇ ਵਿੱਚ ਕਿਰਪਾ ਕਰਕੇ ਹੋ ਸਕੇ ਤਾਂ ਇਹਨਾਂ ਦੇ ਪੇਪਰ 50 ਕਿਲੋਮੀਟਰ ਦੇ ਅੰਦਰ ਰੱਖ ਲਓ ਯਾਰ ਧਾਰਨਗੇ ਜਵਾਬ ਪੇਪਰ ਹੁਣ ਤਾਂ ਵੈਸੇ ਵੀ ਓਐਮਆਰ ਸ਼ੀਟ ਆ ਓਐਮਆਰ ਸ਼ੀਟ ਨਾ ਕਿਸੇ ਮਰਜੀ ਸਕੂਲ ਚ ਪੇਪਰ ਕਰਾ ਲਓ ਜਿੱਥੇ ਥੋੜਾ ਬਹੁਤ ਇਨਫਰਾਸਟ੍ਰਕਚਰ ਆ ਤੇ ਮੈਨੂੰ ਲੱਗਦਾ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਨਫਰਾਸਟ੍ਰਕਚਰ ਹੀ ਨਾ ਹੋਵੇ ਤੇ ਜੇ ਇੰਨੀ ਮਾੜੀ ਹਾਲਤ ਤਾਂ ਫਿਰ ਲਾੜਨ ਤਾਂ ਪੰਜਾਬ ਤੇ ਸੋ ਕਿਰਪਾ ਕਰਕੇ ਕਰੋ ਯਾਰ ਨੇੜੇ ਮੈਂ ਮੰਨਿਆ ਜਦੋਂ ਕੰਪਿਊਟਰ ਵਾਲੇ ਪੇਪਰ ਹੁੰਦੇ ਸੀਗੇ ਨਾ ਕੰਪਿਊਟਰਾਂ ਦੇ ਬੇਸ ਤੇ ਉਦੋਂ ਮੰਨਿਆ ਵੀ ਫਰੇਕ ਸ਼ਹਿਰ ਦੇ ਵਿੱਚ ਕੰਪਿਊਟਰ ਐਡਵਾਂਸਡ ਲੈਵਲ ਤੇ ਕੰਪਿਊਟਰ ਸੈਂਟਰ ਨਹੀਂ ਹੁੰਦੇ ਸੀ ਮੰਨ ਲਿਆ ਉਦੋਂ ਚਲੋ ਤੁਸੀਂ ਕਰ ਲਿਆ ਹੋਂਤਾ ਬਣਾ ਸਕਦੇ ਆ ਬਣਾ ਦਿਓ ਚਲੋ ਧੰਨਵਾਦ ਅ ਮੁੰਡੋ ਜੇ ਤੁਹਾਨੂੰ ਲੱਗਿਆ ਵੀ ਤੁਹਾਡਾ ਦਰਦ ਤਾਂ ਆਪ ਵੀ ਇਵੇਂ ਵੀਡੀਓ ਬਣਾ ਕੇ ਪਾਓ ਹਾਂ ਜੇ ਨਹੀਂ ਕਰ ਬਣਾ ਸਕਦੇ ਤਾਂ ਫਿਰ ਮੇਰੀ ਵਾਲੀ ਵੀਡੀਓ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਹੁਣ ਕੱਟ